ਦੇ ਵਿੱਚ ਇਹ ਬੱਚਾ ਕੋਈ ਪਟਵਾਰਖਾਨਾ ਥਾਣਾ ਕੋਈ ਤਹਿਸੀਲ ਦੇ ਵਿੱਚ ਨਹੀਂ ਜਾ ਸਕਦਾ ਉਹ ਭ੍ਰਿਸ਼ਟਾਚਾਰ ਮੈਂ ਖਤਮ ਕਰਕੇ ਛੱਡੂ ਇਹ ਮੇਰਾ ਹਰ ਪਿੰਡ ਦੇ ਵਿੱਚ ਸਾਡੇ ਬੱਚੇ ਬੈਠੇ ਨੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਹੈ ਕੋਈ ਪੜ੍ਹੇ ਲਿਖੇ ਨੇ ਕੋਈ ਕੁਛ ਪੜ੍ਹੇ ਨੇ ਕੋਈ ਬੜੇ ਪੜ੍ਹੇ ਨੇ ਇਹ ਮੇਰੇ ਹੈ ਕਿ ਪਹਿਲਾਂ ਮੈਂ ਪੂਰਾ ਜ਼ੋਰ ਲਾ ਦੂੰਗਾ ਉਹਨਾਂ ਨੂੰ ਨੌਕਰੀਆਂ ਪਾਉਣ ਔਰ ਤੀਸਰਾ ਹੈਲੋ ਹਰ ਪਿੰਡ ਪੂਰੇ ਪੰਜਾਬ ਦੇ ਵਿੱਚ ਐਫ ਆਈ ਆਰ ਦੇ ਉਹਦੇ ਸਾਰ ਉਹ ਪਰਚੀਆਂ ਸਾਰੀਆਂ ਕੈਂਸਲ ਹੋਣਗੀਆਂ ਇਹ ਮੇਰੀ ਸੌਂਹ ਹੈ ਚਲੋ ਇੱਕ ਸੀਮਟ ਦਾ ਕਰ ਦਿਓ ਤੇ ਪਾਛਾ ਦੀ ਚਰਨਾਂ ਦੇ ਸੋਹਣੇ ਪਿੱਛੇ ਬੈਡਰੂਮ 'ਚ ਪਾਣੀ ਲਾ ਦੂਗਾ ਅੱਜ ਕਿਸਾਨੀ ਵਾਸਤੇ ਹੋਰ ਇੱਕ ਮੇਰੀ ਤੁਹਾਨੂੰ ਬੇਨਤੀ ਮੈਂ ਜਾਣਦਾ ਕਿ ਸਿਰਫ ਕੀ ਬਤਾ ਕੇ ਪੁੱਛਿਆ ਲੇਕਿਨ ਤੁਸੀਂ ਮੈਨੂੰ ਇੱਕ ਸਾਲ ਦੇ ਦਿਓ ਇੱਕ ਸਾਲ ਦੇ ਦਿਓ ਕੋਈ ਇਹ ਜਿਹਾ ਕਦਮ ਨਾ ਚੁੱਕੋ ਔਰ ਫਿਰ ਤੁਹਾਡਾ ਹੱਲ ਕੱਢਣਾ ਮੇਰੇ ਮੋਢਿਆਂ ਤੇ ਹੈ ਉਪਾਅ ਮੈਂ ਕਰੂੰਗਾ ਮੈਂ ਆਪ ਦੇ ਪ੍ਰੈਸ ਰਾਹੀਂ ਔਰ ਆਪ ਦੇ ਰਾਹੀਂ ਜਿਹੜੇ ਦੁਖੀ ਬੈਠੇ ਨੇ ਤੁਹਾਡੇ ਪਿੰਡਾਂ 'ਚ ਮੇਰਾ ਸੁਨੇਹਾ ਪਹੁੰਚਾ ਦਿਓ ਕਿ ਆਹ ਕੋਈ ਕਦਮ ਨਾ ਚੁੱਕੋ ਔਰ ਮੇਰਾ ਵਾਅਦਾ ਹੈ ਕਿ ਉਹਦਾ ਹੱਲ ਅਸੀਂ ਕੋਈ ਕਢਾਂਗੇ